ਨਾਲੇ ਬੈਠੇ ਬੈਠੇ ਵੀਡੀਓ ਭੇਜ ਦਿਓ ਬੈਠੇ ਬੈਠੇ ਬਸ ਮੈਨੂੰ ਸਾਰਿਆਂ ਵਟਸਐਪ 'ਤੇ ਮੇਰਾ ਨੰਬਰ ਹੈਗਾ ਨਾ ਤੁਹਾਡੇ ਕੋਲ ਐਚ ਪੀ ਕਰਕੇ ਭੇਜ ਦਿਓ ਐਚ ਪੀ ਹਾਂਜੀ ਸਰ ਆ ਗਏ ਬਾਈ ਆ ਗਏ ਇੱਕ ਮਿੰਟ ਵੀਰੇ ਸੁਣਿਆ ਇੱਕੋ ਮਿੰਟ ਵੀਰੇ ਕੈਮਰਾ ਕਰ ਲਈਏ ਸਾਫ ਇੱਕ ਮਿੰਟ ਆਪਾਂ ਦੋ ਕੁ ਮਿੰਟਾਂ ਨੂੰ ਪੜ੍ਹਦੇ ਹਾਂ ਮਣੀ ਮਰਿਆ ਖੜੀ ਉਧਰ ਬਹੁਤ ਵੱਡਾ ਧੰਨਵਾਦ ਬੇਤ ਸੰਧੂ ਸਰਪੰਚ ਸਾਹਿਬ ਜੀ ਨਾਲ ਸਤਿੰਦਰ ਬਰਾੜ ਜੰਡ ਵਾਲਾ ਖਰਤਾ ਜ਼ਿਲ੍ਹਾ ਫਾਜ਼ਿਲਕਾ ਉਹ ਭਰਾ ਕੇ ਨੇ ਵੀ ਖੁਸ਼ੀ ਦੇ ਲਈ ਔਰ 1100 ਦੇ ਵੱਡੇ ਮਾੜ ਹੋਣਗੇ ਜੇ ਤਗੜਾ ਪ੍ਰਦਰਸ਼ਨ ਕਰਦਾ 40 ਮੈਚ ਦੇ ਵਿੱਚ ਤੇ ਕਹਿੰਦੇ ਵੀ ਵੱਡੇ ਮਾਣ ਆਪਣੇ ਵੱਲੋਂ ਹੋਣਗੇ ਉਹ 1100 ਦੇ ਕੇ ਵੱਡਾ ਸਨਮਾਨ ਖੁਸ਼ੀ ਨਾਲ ਕਿਵੇਂ ਕੀਤਾ ਜਾਵੇਗਾ ਇੱਕ ਟੌਪ ਦਾ ਨੈਟ ਮੈਨੇਜਰਲੇ ਪਾਸੇ ਦੇਖਾਂਗੇ ਔਰ ਸੰਧੂ ਸਾਹਿਬ ਜੀ ਕਹਿੰਦੇ ਵੀ ਆਪਣੇ ਵੱਲੋਂ ਵੱਡੇ ਪਿਆਰ ਔਰ ਜਿਹੜੇ ਹੋਣਗੇ 1100 ਦੇ ਔਰ ਇਧਰਲੇ ਪਾਸੇ ਦੇਖਾਂਗੇ ਆਪਾਂ ਔਰ ਖੇਡ ਦੇ ਮੈਦਾਨ ਦੇ ਵਿੱਚ ਮੈਚ ਬੜਾ ਸਿਰੇ ਦਾ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ ਚੱਲ 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 ਅਰੇ ਕੋਈ ਗੱਲ ਨਹੀਂ ਅਰੇ ਕੋਈ ਗੱਲ ਨਹੀਂ
ਲੈ ਵੀ ਦੂਸਰਾ ਸੈਮੀ ਫਾਈਨਲ ਪੁਆਇੰਟ ਦੱਸੀ ਅਮਨ ਕਿੰਨੇ ਕਿੰਨੇ ਹੋ ਗਏ ਪੁਆਇੰਟ ਕਾਫੀ ਠੀਕ ਹੈ ਸਕੋਰ ਕਿੰਨੇ ਹੋ ਗਏ ਉਪਰਲੇ ਪਾਸੇ ਹਰਮਨ ਗਿੱਲ ਸਰਪੈਂਸਾ ਮੂਸਲੀ ਤੇ ਨਾਲ ਚਰਨ ਬਰਾੜ ਬਾਈ ਸਾਡਾ ਕਹਿੰਦੇ ਵੀ ਕੁੱਤਾਵੜ ਦੇ ਵਿੱਚ ਬਾਲੀਵਾਲ ਦਾ ਬਹੁਤ ਵੱਡਾ ਮੇਲਾ ਤੇ ਮੈਚ ਵੇਖ ਕੇ ਬਹੁਤ ਨਜ਼ਾਰਾ ਆਇਆ ਚੋਟੀ ਚੋਟੀ ਦੇ ਪਲੇਅਰ ਜਿਹੜੇ ਅੱਜ ਖੇਡੇ ਅਸੀਂ ਧਰਤੀ ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੂਸਲੀ ਪਿੰਡ ਵੱਡਾ ਮੇਲਾ ਕਰਵਾਵਾਂਗੇ ਪਹਿਲਾ ਪ੍ਰਾਈਜ ਲੈ ਵੀ ਦਿਲਸ਼ਾਨ 55,000 ਦੂਸਰਾ ਪ੍ਰਾਈਜ ਕਰੇ 47,000 ਚਰਨ ਬਰਾੜ ਦੇ ਨਾਲ ਗਿੱਲ ਸਾਹਿਬ ਕਹਿੰਦੇ ਬਾਈ ਸਾਡੇ ਵੀ ਵੱਡਾ ਮੇਲਾ ਵਾਹ ਜੀ ਵਾਹ ਸੰਧੂ ਸਰਪੰਚ ਸਾਹਿਬ ਜੀ ਦਰਸ਼ਾ ਸਿਰਾ ਲੱਗਿਆ ਪੈਦਲੇ ਪਾਸੇ ਦੂਸਰਾ ਸੈਮੀ ਫਾਈਨਲ ਹੈ ਤੇ ਚੱਕ ਮੈਂ ਕਰਦੇ ਗੱਲ ਮੁੰਡਿਆਂ ਦੀ ਵਾਕਈ ਮੁਕਾਬਲਾ ਤੇ ਬਹੁਤ ਚੋਟੀ ਦਾ ਨਾਲ ਹੀ ਇੱਧਰ ਅਹੁਦਾ ਦੇ ਭਰਾ ਸਾਡੇ ਪਹੁੰਚੇ ਹੋਏ ਆ ਔਰ 14 ਸਤੰਬਰ ਨੂੰ ਜਿੱਥੇ ਕੱਚੀ ਦਾ ਮੇਲਾ ਖੇਡਿਆ ਜਾਵੇਗਾ ਉੱਥੇ ਨਾਲ ਭਰਾ ਸਾਡੇ ਕਹਿੰਦੇ ਵੀ ਆਪਾਂ ਨਿਊ ਵੀਡੀਓ ਦੀਆਂ 4 ਟੀਮਾਂ ਸੱਦ ਕੇ ਤੇ ਮੈਚ ਕਰਵਾਉਣੇ ਆ ਭਰਾ ਕਹਿੰਦੇ ਵੀ ਆ ਕੁੱਟ ਕਟਾਪਾ ਤੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਔਰ ਮੈਂ ਬੇਨਤੀ ਕਰਾਂਗਾ ਵੀ ਜਿਹੜੀਆਂ ਟੀਮਾਂ ਦੇ ਨਾਲ ਭਰਾਵਾਂ ਨੇ ਗੱਲਬਾਤ ਕੀਤੀ ਹੈ ਔਰ ਉਹ ਟੀਮਾਂ ਜ਼ਰੂਰ ਉੱਥੇ ਰੌਣਕਾਂ ਲਾਉਣਗੀਆਂ ਅਹੁਦਾ ਵਾਲੇ ਵੀਰ ਸੱਦੇ ਲਾ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਵੀ ਮੇਲਾ ਹੋਏਗਾ ਤੇ ਚਾਰ ਟੀਮਾਂ ਨੂੰ ਸੱਦ ਕੇ ਨਿਊ ਵੀਡੀਓ ਦਾ ਮੇਲਾ ਕਰਵਾਉਣਾ ਜ਼ਰੂਰ ਹੈ ਨੰਬਰ ਕਿੰਨੇ ਕਿੰਨੇ ਹੋ ਗਏ ਪਨਿਹਾਰੀ ਵਾਲਿਆ ਕਾਫੀ ਜ਼ਰੂਰ ਪਹੁੰਚ ਦੀ ਕਰਦੀ ਮੇਰਾ ਵੀਰ ਬਣ ਕੇ ਹਾਰ ਇਧਰਲੇ ਪਾਸੇ 6-2 ਦੀ ਟੱਕਰ ਹੈ ਸੱਤ ਤੇ 2 ਉਧਰ ਕੰਪਲ ਜੀ ਦਾ ਭਰਾ ਸਾਡਾ ਆਸਟ੍ਰੇਲੀਆ ਵਾਲਾ ਉਹ ਵੀ ਆ ਗਿਆ ਲਾਈਨ ਤੇ ਫਰਕ ਕਹਿੰਦੇ ਹੌਲੀ ਹੌਲੀ ਕਰਕੇ ਵਾਧਾ ਜਾਂਦਾ ਉਧਰ ਕਹਿੰਦੇ ਸੈਂਟਰ ਚ ਵਿੱਚੀ ਖੇਡਦਾ ਬੰਦਾ ਤਜਰਬਾ ਆ ਕਹਿੰਦੇ ਮੁੰਡਾ ਅਰਮਾਨ ਹੈ ਨਵੀਂ ਉਮਰ ਦਾ ਉਹ ਦੇਖਾਂਗੇ ਵੀ ਹੁਣ ਕੌਣ ਧੰਨ ਧੰਨ ਕਰਵਾਵੇਗਾ ਖੇਡਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਤੇ ਹੁਣ ਪਤਾ ਲੱਗੂ ਕਿਹਦਾ ਤਕੜਾ ਸਰੀਰ ਇੱਧਰ ਪੰਮੂ ਕਹਿੰਦਾ ਭਾਊ ਲਾ ਦੇ ਬਾਲਾਂ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ ਉਹ ਸਾਹਮਣੇ ਪਿਆ ਕੱਪਕੀ ਨੇ ਚੁੰਮਣਾ ਪਹਿਲਾਂ ਕੇ ਡੋਲਿਆ ਪੱਟਾਂ ਦਾ ਚੋਰ ਮਿੱਤਰੋ ਉਹ ਸਾਹਮਣੇ ਪਿਆ ਕੱਪਕੀ ਨੇ ਚੁੰਮਣਾ ਪਹਿਲਾਂ ਕੇ ਡੋਲਿਆ ਪੱਟਾਂ ਦਾ ਚੋਰ
ਜੋਰ ਜੋਰ ਮਿੱਤਰੋ ਇਧਰਲੇ ਪਾਸੇ 14 ਸਤੰਬਰ ਹੋਣੀਆਂ ਬਹੁਤ ਵੱਡਾ ਮੇਲਾ ਕਹਿੰਦੇ ਹੋਣਾ ਹੈ ਔਰ ਬਾਬਾ ਮਦਰਾ ਦਾਸ ਸਪੋਰਟਸ ਕਲੱਬ ਕਹਿੰਦੇ ਓਡਾ ਅਮਨਜੀਤ ਕਹਿੰਦੇ ਕੁੰਡਰ ਭਰਾ ਸਾਡਾ ਨਾਲ ਹੀਰਾ ਕੁੰਡਰ ਔਰ ਦੀਪ ਕਹਿੰਦੇ ਆਇਆ ਹੋਇਆ ਨਾਲ ਕਰਨੀਆ ਬਾਈ ਸਾਡਾ ਔਰ ਕਹਿੰਦੇ ਰਮਨ ਦੀ ਬੈਠਾ ਵਿੱਚ ਕੈਨੇਡਾ ਰੇ ਰਮਨ ਸਰਾਮੀ ਪੁੱਜਿਆ ਹੋਇਆ ਔਰ ਗੱਲਾਂ ਕਹਿੰਦੇ ਹੋਣੀਆਂ ਫਾਰਮਰ ਕੈਫੇ ਵਾਲੇ ਭਰਾਵਾਂ ਦੀਆਂ ਵੱਡਾ ਮੇਲਾ ਹੋਣਾ ਲੈ ਵੀ ਦਿਸ਼ਾਰ ਚਰਚੇ ਕਰੇ ਹੋਣੇ ਹੈ ਪਰ ਆਹ ਮੇਲਾ ਤੇ ਸਰੇਰਾ ਕਰਾਤਾ ਉਹ ਮੁੰਡਿਆਂ ਨੇ ਉਹ ਗੱਲ ਲਾਤੀ ਟਿਕਾਣੇ ਖੇਡਦੇ ਵਿੱਚ ਦੂਸਰਾ ਸੈਮੀ ਫਾਈਨਲ ਉਹ ਜਿੱਤੇਗਾ ਕੌਣ ਹਰੇ ਲੋਕਾਂ ਦੇ ਅੰਦਾਜ਼ੇ ਹੈ ਉਹ ਟੱਪੇ ਟੁੱਪੇ ਸਹੀ ਪਾਉਣੇ ਪੈਣਗੇ ਦਿਲਸ਼ਾਨ ਬੱਲੇ 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 ਕਰਵਾ ਵੀ ਚੰਨਣ ਖੇੜਾ ਪਿੰਡ ਹੈ ਕਹਿੰਦੇ ਵੀ ਕਿਹੜਾ ਮੇਰੇ ਮਿੱਤਰੋ ਇਧਰਲੇ ਪਾਸੇ ਕੈਨੇਡਾ ਦਾ ਵੀਜ਼ਾ ਲਵਾ ਦੇਣਾ ਹੈ ਔਰ ਜੇ ਆਹ ਮੈਚ ਜਿੱਤ ਗਿਆ ਤੇ ਵੀਰ ਕਹਿੰਦੇ ਮਾਣ ਆਪਾਂ ਹੋਰ ਵੀ ਕਰਾਂਗੇ ਜ਼ਰੂਰ ਇਧਰ ਕਲੋਜ ਫਾਈਟਰ ਓ ਹੋ ਹੋ ਵਾਹਿ ਮੁੰਡਿਆ ਇਹ ਕਹਿੰਦੇ ਬ੍ਰੈਂਡ ਬਣ ਗਿਆ ਖੇਡ ਵਾਲੀਬਾਲ ਦਾ ਵੱਡੇ ਪੱਧਰ ਤੇ ਮੰਗ ਹੈ ਇਸ ਖਿਡਾਰੀ ਦੀ ਬਹੁਤ ਤਗੜਾ ਪੁਆਇੰਟ ਜੋੜਿਆ ਆਪਣੀ ਟੀਮ ਦੇ ਲਈ ਬਹੁਤ ਸੋਹਣਾ ਕਰੇ ਅੰਕੜਾ ਵਾਧਾ ਕੀਤਾ ਆਹ ਕਰੇ ਸਿੱਧੂ ਨੇ ਮੇਰੇ ਮਿੱਤਰੋ ਔਰ ਮੇਰੇ ਸਾਊਡ ਸੁਭਾਣਾ ਕਰੇ ਮਾਲਕ ਹੈ ਮੇਰੇ ਮਿੱਤਰੋ ਸਿੱਧੂ ਤੇ ਗੱਲਾਂ ਕਰੇ ਹੁੰਦੀਆਂ ਪਰ ਦੂਸਰੇ ਪਾਸੇ ਚਰਨ ਖੇੜਾ ਪਿੰਡ ਹੈ ਉਹ ਕਿਹੜੇ ਖਿਡਾਰੀਆਂ ਦਾ ਇੱਕੋ ਇਲਾਕੇ ਦੀਆਂ ਕਿਹੜੇ ਟੀਮਾਂ ਨੇ ਮੇਰੇ ਮਿੱਤਰੋ ਉਹ ਖੇਡਦੇ ਕਿਹੜੇ ਮੈਦਾਨ ਦੇ ਵਿੱਚ ਤੇ ਗੱਲਬਾਤ ਗਾਣੇ ਉਹ ਲੱਗੀ ਹੋਈ ਹੈ ਇੱਕ ਪਾਸੇ ਚੰਨਣ ਖੇੜੇ ਵਾਲੇ ਇੱਧਰ ਕੱਟਿਆਲ ਦੀ ਟੀਮ ਦੋਨੋਂ ਫਾਜ਼ਿਲਕਾ ਦੀਆਂ ਟੀਮਾਂ ਵਧਾਈਆਂ ਵਾਲਾ ਰਿੰਕੂ ਏ ਪੱਲੇ ਚੰਨਣ ਖੇੜੇ ਵਾਲਾ ਮੇਰੇ ਮਿੱਤਰੋ ਇੱਧਰ ਖੁਸ਼ਦੀਪ ਹਰਮਨ ਢਿੱਲੋਂ ਮੇਲੇ ਇਹਦੇ ਸਲੇਮ ਸ਼ਾਹ ਸਿੱਧੂ ਟੈਸਟ ਰਹੇ ਮੇਰੇ ਮਿੱਤਰੋ ਤੇ ਮੁੰਡਾ ਨੇ ਰਿਕਾਰਡ ਸੈੱਟ ਕਰ ਦਿੱਤੇ ਆ ਉਹ ਲਗਾਤਾਰ 14-15 ਮੇਲੇ ਇਹ ਮੁੰਡੇ ਜਿੱਤੇ ਤੇ ਨਾਲ ਕਹਿੰਦੇ ਬੈਸਟ ਬਣੇ ਆ ਅੱਜ ਦੇਖਾਂਗੇ ਕਿਹੜਾ ਬੈਸਟ ਬਣਦਾ ਰਿਕਾਰਡ ਕਹਿੰਦੇ ਵੱਡੇ ਬਣਾਏ ਮੁੰਡਿਆਂ ਨੇ ਔਰ ਰਿਕਾਰਡ ਬੋਲਦੇ ਵੀ ਹੈ ਇਹ ਵੀ ਗੱਲ ਪੱਕੀ ਹੈ ਵੇਖ ਦਿਲਸ਼ਾਦ ਉਹ ਸਿਰਾਂ ਕਰੀ ਤੁਰੇ ਆਉਣਾ ਸਿੱਧੂ ਵੇਖ ਦਿੱਲੇ ਪਾਸੇ ਪੁਆਇੰਟ ਕਿੰਨੇ ਹੋ ਗਿਆ ਅਮਨ ਲਾਈਵ ਸਹੀ ਚੱਲੀ ਜਾਂਦਾ ਬਾਈ ਆਪਣਾ ਦੱਸੋ ਕਮੈਂਟ ਕਰਕੇ ਭਰਾ ਮੇਰੇ 3-9 ਮੈਂ ਵੀ 3-9 ਦੀ ਟੱਕਰ ਹੈ 3 ਨੰਬਰ ਲੈ ਵੀ 9-3 ਦੀ ਟੱਕਰ ਹੈ ਸਰਵਿਸ ਇੱਕ ਵਾਰ ਫਿਰ ਤੋਂ ਚੇਂਜ ਹੋ ਗਈ ਹੈ ਔਰ ਨਾਲ ਮੈਂ ਬੇਨਤੀ ਕਰੂੰਗਾ ਤੇਰੇ ਕਾਲੀਆਂ ਦੀ ਟੀਮ ਦੇਖ ਲੈ ਅਭੀ ਬਦਨੀ ਵਧੀਆ ਵਧੀਆ ਵੀਰੇ ਹਰਮਨ ਢਿੱਲੋਂ ਮਨਪ੍ਰੀਤ ਢਿੱਲੋਂ ਵੀ ਰੱਖਣਗੇ ਜੀਵ ਸੰਧੂ ਸੋ ਬਹੁਤ ਧੰਨਵਾਦ ਮੈਚ ਮੇਰੇ ਨਾਲ ਦੀ ਨਾਲ ਹੀ ਜਿਹੜਾ ਥੈਂਕੂ ਜੀ ਮਿਹਰਬਾਨੀ ਇੱਧਰ ਆ ਜੀ ਇੱਧਰ ਮੁੰਡੇ ਨੇ ਬਹੁਤ ਧੰਨਵਾਦ ਵੀਰੇ ਇੱਧਰ ਦੇ ਜੀ ਭਰਾ ਬਣ ਕੇ ਨਹੀਂ ਠੀਕ ਹੈ ਮਨਪ੍ਰੀਤ ਢਿੱਲੋਂ ਬਹੁਤ ਧੰਨਵਾਦ ਅਭੀ ਬਦਨੀ ਹਰਮਨ ਸਾਰਿਆਂ ਦਾ ਧੰਨਵਾਦ ਨਸੀਬ ਸੰਧੂ ਸ਼ੁਕਰੀਆ ਸ਼ੁਕਰੀਆ ਵੀਰੇ
ਮੁਕਾਬਲਾ ਬਹੁਤ ਚੋਟੀ ਆ, ਚੱਕਣ ਖੇੜਾ ਧੱਕਿਆਂ ਵਾਲੀ। ਜਦੋਂ ਮੈਚ ਲੱਗਦਾ ਤੇ ਭੜਾਕੇ ਬਾਹਲੇ ਪੀਂਦੇ ਆ, ਜਦੋਂ ਮੈਚ ਲੱਗਦਾ ਹੈ ਤੇ ਕਹਿੰਦੇ ਮੇਰੇ ਮਿੱਤਰੋ ਖੰਡਾ ਪੂਰਾ ਖੜਕਦਾ, ਤਿੰਨ ਤੇ ਨੌ ਵੀ ਟੱਕਰਾ। ਇੱਧਰ ਕਲੋਜ ਫਾਈਟਰ, ਕਲੋਜ ਫਾਈਟਰ, ਹੜ ਦੇ ਪਾਸੇ ਸਿੱਧੂ ਆਇਆ ਹੋਇਆ, ਆਹ ਪੱਲੇ ਪਾਲਾ, ਉਹ ਕਹਿੰਦੇ ਗੱਭਰੂ ਲਾਉਣ ਦੀ ਕੋਸ਼ਿਸ਼ ਕਰਦਾ ਗੋਲ ਦੀ ਤੇ, ਪਰ ਗਲਤੀ ਕਰ ਬੈਠਾ ਤੇ ਸਫਲਤਾ ਜਿਹੜੀ ਚੰਨਣ ਖੇਡ ਦੀ ਟੀਮ ਦੇ ਖਾਤੇ ਵਿੱਚ ਹੈ, ਚਾਰ ਹੋ ਗਏ ਜੀ ਭਾਜੀ, ਹੈ ਜੀ ਭਾਜੀ, ਠੀਕ ਹੈ ਜੀ, ਚਾਰ ਤੇ ਨੌ ਜੇ ਕੀ ਕਰੀ ਗੱਲ ਮੇਰਾ ਭਾਉ, ਚਾਰ ਤੇ ਨੌ ਦੀ ਟੱਕਰ ਇਧਰਲੇ ਪਾਸੇ, ਚਾਰ ਤੇ ਨੌ ਦੀ ਟੱਕਰ ਹੈ ਹਜੇ ਤੱਕ ਦੇ। ਦੂਸਰਾ ਸੈਮੀ ਫਾਈਨਲ ਕਿਹੜੇ ਖੇਡਿਆ ਜਾ ਰਿਹਾ ਹੈ, ਫਾਈਨਲ ਦਾ ਕਿਹੜੇ ਇੰਤਜ਼ਾਰ ਹੈ, ਔਰ ਦੋ ਦਾ ਸਮਾਂ ਜਿਹੜਾ ਲੈ ਵੀ ਦਿਲਸ਼ਾਰ ਹੋ ਚੁੱਕੇ ਆ। ਮੇਰੀ ਗੱਲ ਤਾਂ ਸੁਣੋ, ਉਹਨੂੰ ਤਾਂ ਆਪਾਂ ਕਰ ਦਾਂਗੇ ਅਪਲੋਡ, ਹਾਂ ਦਿਲਸ਼ਾਦ ਇਹ ਤੇ ਕਰੀ ਮਾੜਾ ਜਿਹਾ ਵਾਈ ਫਾਈ ਮੇਰਾ ਵੀਰ ਸੋਹਣਾ, ਆਪਾਂ ਇੱਥੇ ਭੇਜ ਗਏ ਮੇਰਾ ਕਰ ਦੇ ਜਿਹੜਾ ਵਾਈ ਫਾਈ ਮੇਰਾ ਭਰਾ ਜੀ ਕਰੀ ਗਰੈਡ ਬਾਬੇ ਵਾਲੀ ਅਗਲੇ ਨੰਬਰ ਨਾਲ ਵਾਈ ਫਾਈ ਕਰ ਦਿਓ, ਪੰਜ ਕੁ ਮਿੰਟ ਵੀਡੀਓ ਸੈਂਡ ਕਰ ਦੇਣਾ ਜੀ ਆਪਾਂ ਯਾਰ, ਸਰਾ ਕਰਾਤਾ ਯਾਰ, ਅੱਜ ਤੱਕ ਉੱਤੇ ਵੱਢ ਲੈਣੇ ਯਾਰ, ਦੁੱਧ ਚ ਪੱਤੀ ਕਾਫੀ। ਸਾਹਮਣੇ ਦਲੇ ਪਾਸੇ ਅਰਮਾਨ ਖੇਡ ਦੇ ਕਿਹੜੇ ਮੈਦਾਨ ਦੇ ਵਿੱਚ, ਜਿਵੇਂ ਦੱਸਿਆ ਦਿਲਸ਼ਾਨ ਨੇ ਇੱਕੋ ਇਲਾਕੇ ਦੀਆਂ, ਜ਼ਿਲ੍ਹਾ ਫਾਜ਼ਿਲਕਾ ਔਰ ਸਰਹੱਦੀ ਜ਼ਿਲ੍ਹਾ ਮੰਨਿਆ ਜਾਂਦਾ ਕਿਹੜੇ ਪੰਜਾਬ ਦਾ, ਆ ਬੋਰਡ ਦੇ ਇਲਾਕੇ ਦੇ ਵਿੱਚੋਂ ਚੱਲ ਕੇ ਔਰ ਟੀਮਾਂ ਕਹਿੰਦੇ ਆਈਆਂ, ਜਿਹੜੇ ਇਲਾਕੇ ਦੇ ਵਿੱਚ ਕੀਨੂਆਂ ਦੇ ਬਾਗ ਵੀ ਬੜੇ ਪ੍ਰਸਿੱਧ ਹੈ, ਜਿਹੜੇ ਇਲਾਕੇ ਨੇ ਕਿਹੜੇ ਵੱਡੇ ਵੱਡੇ ਫਨਕਾਰ ਔਰ ਜਿਹੜੇ ਕਿਹੜੇ ਪੈਦਾ ਕੀਤੇ ਹੈ, ਗੁਰੂ ਸ਼੍ਰੀ ਜੋਧਾ ਪਿੰਡ ਕਿਹੜੇ ਮਿੰਟੂ ਦਾ ਪਿੰਡ ਹੈ ਔਰ ਉਹਦੇ ਇਲਾਕੇ ਦੀਆਂ ਕਿਹੜੇ ਟੀਮਾਂ ਜਿਹੜੀਆਂ ਇੱਧਰਲੇ ਪਾਸੇ ਖੇਡਦੀਆਂ, ਆਹ ਮੈਚ ਦੇ ਵਿੱਚ ਕਿਹੜੇ ਖੰਡਾ ਪੂਰਾ ਉਹ ਖੜਕਾ ਤਾ ਮੇਰੇ ਮਿੱਤਰੋ, ਆਹ ਦੋਵਾਂ ਟੀਮਾਂ ਨੇ ਬੱਲੇ 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 ਉਹ ਹੋ ਗਈ ਜਿਹੜੀ ਗਰਾਊਂਡ ਦੇ ਵਿੱਚ, ਆਹ ਖੁਸ਼ੀ ਹੈ ਖੁਸ਼ੀ, ਉਹ ਕਰ ਗਿਆ ਕਿਹੜੇ ਕਮਾਲਾਂ, ਲੈ ਵੀ ਵੇਖ ਦਿਲਸ਼ਾਰ, ਆਹ ਖੁਸ਼ੀ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ, ਸਰਵਿਸ ਕਿਹੜੇ ਕਰ ਲਈ ਫੇਰ ਨੌਜਵਾਨ, ਇੱਧਰਲੇ ਪਾਸੇ ਕਿਹੜੇ ਬਹਰੇ ਹੋਏ ਆ, ਫਾਈਨਲ ਕਿਹੜੇ ਕਾਲੀ ਵਾਲੇ ਪਿੰਡ ਦੇ ਮੁੰਡੇ ਜਿਹੜੇ ਕਿਹੜੇ ਬੈਠੇ ਆ ਤੇ ਨਾਲ ਕੌਣ ਖੇਡੇਗਾ ਉਹ ਫਾਈਨਲ ਦੇ ਵਿੱਚ, ਇਹ ਕਿਹੜੇ ਰਿਜ਼ਲਟ ਫੈਸਲਾ ਡਿਸੀਜਨ ਆਉਣਾ ਕਿਹੜੇ ਬਾਕੀ ਹੈ, ਆਹ ਕਿਹੜੇ ਗਰਾਊਂਡ ਦੇ ਵਿੱਚ ਲੈ ਵੀ ਬਾਲ ਆਊਟ ਬਲ ਗਿਆ ਆਪਣਾ ਟਾਈਮ ਕਿੰਨੇ ਹੋ ਗਏ, ਲੈ ਬਾਬਾ ਖਿੱਚੀ ਆਉਣ ਬਾ, ਪੰਜ ਕੁ ਮਿੰਟ ਦਾ ਯਾਦ ਮਿਹਰਬਾਨੀ, ਥੈਂਕ ਯੂ, ਮੈਂ ਪੰਜ ਕੁ ਮਿੰਟ ਨੂੰ ਉਹ ਕਰ ਲਾ ਮੇਰਾ ਬਸ ਭਰਾ ਬਣ ਕੇ, ਹਾਂਜੀ ਹਾਂਜੀ ਵੀਰੇ, ਸਨੀ ਬਨਿਹਾਰੀ ਸੁੱਖ ਮੰਧੇਰ, ਬਨਿਹਾਰੀ ਮੈਚ ਲੂਜ਼ ਕਰ ਗਈ ਵੀਰੇ ਸੈਮੀ ਕਾਲਗੀ ਵਾਲੇ ਨੂੰ,
ਸਿੱਧੂ ਸਾਹਮਣੇ ਘੱਟਣ ਵਾਲੀ ਖੇਡਦਾ ਵੀਰੇ ਸੁੱਖ ਸੈਮੀ ਆ ਸੈਕਿੰਡ ਕਾਲੀ ਵਾਲਾ ਫਾਈਨਲ ਚ ਠੀਕ ਆ ਵਾਹ ਮਣੀ ਚੱਲਣ ਖੇੜਾ ਤੇਰਾ ਵੀ ਦਿਲ ਵੱਡਾ ਜੱਟਾ ਸਿਰਾ ਯਾਰ ਮਣੀ ਚੱਲਣ ਖੇੜਾ ਤੇਰਾ ਵੀ ਗੱਲਾਂ ਗਾਹ ਦੀਆਂ ਮਨਪ੍ਰੀਤ ਢਿੱਲੋਂ ਮੈਂਡੀ ਸੰਧੂ ਅਮਰੀਕ ਪਾਵਰ ਸੁੱਖ ਸੰਧੂ ਗੁਰਮੀਤ ਪਾਵਰ ਮਨਮੋਹਨ ਸੰਧੂ ਸੁਜਿੰਦਰ ਢਿੱਲੋਂ ਲਾਡੀ ਲਾਡੀ ਭੁੱਲਰ ਬਾਬਾ ਜਗਨਨਾਥ ਕਲੱਬ ਵਾਲੀਵਾਲ ਦੇ ਇਹਨਾਂ ਸਟਾਰਾਂ ਦੀ ਚਰਚਾ ਹੁੰਦੀ ਹੈ ਉਸੇ ਤਰ੍ਹਾਂ ਜੈਕੀ ਵੀ ਤੇ ਤੇਜੀ ਵੀ ਕਹਿੰਦੇ ਯਾਰੀ ਦੇ ਵੱਡੇ ਚਰਚੇ ਹੁੰਦੇ ਮੇਰੇ ਮਿੱਤਰੋ ਵੀ ਮਿਲ ਕੇ ਤੇਜੀ ਨੂੰ ਬਸ ਆਇਆ ਮਿੰਟ ਚਾਰਜ ਇਹ ਕਹਿੰਦੇ ਮੁੰਡਿਆਂ ਦਾ ਪਿਆਰ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਮੈਂਡੀ ਸੰਧੂ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਬਾਈ ਅਮਰੀਕ ਪਵਾਰ ਸੁੱਖ ਸੰਧੂ ਬਾਈ ਗੁਰਮੀਤ ਪਵਾਰ ਨਾਲ ਬਾਈ ਮਨਮੋਹਨ ਸੰਧੂ ਜੀ ਸੁਖਜਿੰਦਰ ਢਿੱਲੋਂ ਔਰ ਨਾਲ ਭਰਾ ਸਾਡਾ ਲਾਡੀ ਭੁੱਲਰ ਬਾਬਾ ਜਗਨਨਾਥ ਕਲੱਬ ਦੇ ਜਿੰਨੇ ਵੀ ਅਹੁਦੇਦਾਰ ਭਰਾ ਕੱਲੇ ਕੱਲੇ ਵੀਰਾਂ ਦਾ ਮੈਂ ਵਿਸ਼ੇ ਤੌਰ ਤੇ ਕਹਿੰਦੇ ਗੱਭਰੂ ਖਿਡਾਰੀ ਸਾਡੀ ਖੇਡ ਵਾਲੀਵਾਲ ਦਾ ਜਿਹਨੇ ਹੁਣ ਸਰਵਿਸ ਕੀਤੀ ਹੈ ਆ ਮੁੰਡੇ ਦੇ ਪੱਡੀਆਂ ਆ ਮੁੰਡੇ ਨੂੰ ਕਿਹੜੇ ਵੱਡੀਆਂ ਸਹਿ ਆ ਟੀਮ ਨੂੰ ਮੇਰੇ ਮਿੱਤਰੋ ਉਹ ਖੇਡਦੇ ਕਿਹੜੇ ਮੈਦਾਨ ਦੇ ਵਿੱਚ ਪਰ ਜਿਹੜੇ ਪਾਸੇ ਉਹ ਸਿੱਧੂ ਹੁੰਦਾ ਤੇ ਮੈਂ ਵੀ ਮਿੱਤਰਾਂ ਉਹ ਗੱਲ ਬਣ ਜਾਂਦੀ ਹੈ ਪਰ ਅਰਮਾਨ ਅਰਮਾਨ ਇਧਰਲੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਉਹ ਚਰਚਾ ਵਿਸ਼ਾ ਬਣਿਆ ਹੋਇਆ ਅੱਜ ਦੇ ਕਿਹੜੇ ਵੱਡੇ ਵੇਲੇ ਤੇ ਉਹ ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ ਸੱਪਾਂ ਦੀਆਂ ਸਰੀਆਂ ਨੀ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਉਹ ਸਾਡੇ ਪਰ ਦਿਲ ਵਿੱਚ ਰੱਖੀ ਨਾ ਭੁਲੇਖਾ ਉਹ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਮੈਟ ਚੋਟੀ ਦਾ ਨੈਟ ਨਾਲ ਵੀ ਤਗੜੇ ਨੂੰ ਮੋਟੀ ਮਾਰੇ ਅਟੈਕਰ ਵੀ ਮੰਨੇ ਪਰਮੰਨੇ ਆ ਤੇ ਡਿਫੈਂਸਰ ਵੀ ਆਲ ਇੰਡੀਆ ਤੱਕ ਦਾ ਸਫ਼ਰ ਤੈਅ ਕਰੀ ਬੈਠੇ ਅਰਮਾਨ ਗਲਤੀ ਵੱਡੀ ਕਰ ਬੈਠਾ ਹੈ ਤੇ ਪੁਆਇੰਟ ਜਿਹੜਾ ਧੱਕਿਆਂ ਦੀ ਟੀਮ ਦੇ ਖਾਤੇ ਵਿੱਚ ਹੈ ਦੱਸ ਵੀ ਅਮਨ ਭਣਿਆਰੀ ਵਾਲਿਆ ਗਿਆਰਾਂ ਛੇ ਗਿਆਰਾਂ ਤੇ ਛੇ ਖਿੱਚੇ ਖਿੱਚੇ ਦੱਸਿਆ ਤੁਮੜਾ ਕੰਮ ਨੂੰ ਖਿੱਚੇ 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 ਛੇ ਗਿਆਰਾਂ ਜੀ ਵਾਹ ਜੀ ਵਾਹ ਵਾਹ ਚੰਨਣ ਖੇੜੇ ਵਾਲਿਓ ਇਹ ਤੇ ਜੋੜਨਾ ਪਊਗਾ ਜਿਵੇਂ ਸਿਆਣੇ ਕਹਿੰਦੇ ਵੀ ਵੈਰੀ ਤੇ
ਮਾਰਿਆ ਮਰਦਾ ਨੰਬਰ ਵੀ ਜੋੜਿਆ ਜੁੜਨਾ ਉਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਜੋਰ ਤੇ ਲਾ ਰਹੇ ਮੁੰਡੇ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ ਨੇਤਿਆਂ ਚ ਸਿੱਟਣੇ ਜੇ ਚੌਰ ਤੇ ਕਰੀ ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ ਜਿੰਨੇ ਵੀ ਸਰਾਬੇ ਦੀ ਕਿਤਾਬ ਨੀ ਪੜ੍ਹੀ ਤੇ ਢਿਲੋ ਟਾਵੇਂ ਪੈਰ ਛੱਡਦੇ ਨਿਸ਼ਾਨ ਚਿੱਤਦੇ ਕੋਈ ਨਰੂਏ ਦੇ ਚੇਲੇ ਅਫਗਾਨ ਚਿੱਤਦੇ ਤੇ ਡਰੂਆਂ ਦੇ ਨਾਨਕੇ ਲਾਹੌਰ ਨੀ ਹੁੰਦੇ ਲਿਮਟਾਂ ਤੇ ਚੱਕੀਆਂ ਨਾਲ ਜਾਣ ਅਣਖਾ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਸੱਤ ਤੇ ਗਿਆਰਾਂ ਗਿਆਰਾਂ ਤੇ ਸੱਤ ਟੱਕਰ ਪੱਟੀ ਹੈ ਮੈਂ ਵੀ ਬਾਈ ਯਾਰ ਜਿੰਨੇ ਗਿਆਰੇ ਬੈਠੇ ਹੋ ਜੇ ਮੈਚ ਦਾ ਨਜ਼ਾਰਾ ਆਉਂਦਾ ਤੇ ਯਾਰ ਤਾੜੀ ਤੂੜੀ ਤਾਂ ਮਾਰ ਦੋ ਮੁੰਡਿਆਂ ਦੇ ਲਈ ਮੁੰਡਿਆਂ ਲਈ ਤੇ ਤਾੜੀ ਇਧਰਲੇ ਪਾਸੇ ਵੱਜ ਗਿਆ ਮੇਰੇ ਮਿੱਤਰੋ ਸੱਤ ਦੇ ਕਹਿੰਦੇ ਗਿਆਰਾਂ ਇਧਰਲੇ ਪਾਸੇ ਨਾਲ ਲੜਾ ਵੀ ਅੱਠਵਾਂ ਵੀ ਜੁੜ ਗਿਆ ਹੁਣ ਉਹ ਖੇਡ ਦੇ ਮੈਦਾਨ ਦੇ ਵਿੱਚ ਚੰਨਣ ਖੇੜਾ ਤੇ ਇਧਰਲੇ ਪਾਸੇ ਲੈ ਸਿੱਧੂ ਦੀ ਟੱਕਰ ਹੈ ਹੁਣ ਅੱਠ ਗਿਆਰਾਂ ਹੋ ਗਏ ਵੀਰੇ ਮੇਰੇ ਮਿੱਤਰੋ ਅੱਠ ਤੇ ਕਿਹੜੇ ਗਿਆਰਾਂ ਉਹ ਖੇਡਦੇ ਮੈਦਾਨ ਦੇ ਦੂਸਰਾ ਸੈਮੀ ਫਾਈਨਲ ਉਹ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਕੌਣ ਜਿੱਤੇਗਾ ਇਹ ਸ਼ੱਕ ਤੇ ਰਹਿਣਾ ਹੀ ਹੈ ਮੇਲਾ ਕਿਹੜੇ ਚਾਲਾ ਭਰਾਵਾਂ ਦਾ ਉਹ ਟੱਕ ਤੇ ਪੈਣੀ ਹੈ ਵਾਹ ਬਈ ਵਾਹ ਨੰਬਰ 9 ਉਹ ਕਦੇ ਵਿੱਕੀ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੀ ਅਸੀਂ ਤਜਰਬੇਕਾਰ ਪੁਰਾਣੇ ਉਹ ਸਾਥੋਂ ਸਿੱਖ ਲਾ ਵਾਲੋਏ ਅਸੀਂ ਤਜਰਬੇਕਾਰ ਪੁਰਾਣੇ ਤੂੰ ਸਾਥੋਂ ਸਿੱਖ ਲਾ ਵਾਲੋਏ ਮੇਰੀ ਮੁੰਡੇ ਕਹਿੰਦੇ ਵਾਲੀਬਾਲ ਦੇ ਜਿਵੇਂ ਕਹਿ ਦਈਏ ਵੀ ਬੜੇ ਸੁਲਝੇ ਹੋਏ ਤੇ ਬੜੇ ਤਜਰਬੇ ਵਾਲੇ ਬੜੇ ਪੁਰਾਣੇ ਖਿਡਾਰੀ ਹੈ ਉਹ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ 9 ਤੇ 11 ਦੋ ਕੁ ਪੁਆਇੰਟਾਂ ਦਾ ਫਰਕ ਬਾਕੀ ਹੈ ਦਸਵੇਂ ਨੰਬਰ ਦੇ ਵੀ ਮੁੰਡਿਆਂ ਨੇ ਅੱਜ ਵੀ ਸਰਵਿਸ ਕਰਨੇ ਦੀ ਤਿਆਰੀ ਉਹ ਕਹਿੰਦੇ ਕੀਤੀ ਹੋਈ ਹੈ ਆਸੇ ਪਾਸੇ ਜਿੰਨੇ ਵੀਰ ਬੈਠੇ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਮੈਂ ਤੇ ਕਰਾਂਗਾ ਸਾਡੇ ਸਮੁੱਚੇ ਕਲੱਬ ਦੇ ਵੱਲੋਂ ਔਰ ਨਾਲ ਸਾਰੇ ਸਾਡੇ ਵਾਲੀਬਾਲ ਪਰਿਵਾਰ ਦੇ ਵੱਲੋਂ ਬਹੁਤ ਸੋਹਣਾ ਮੈਚ 9 ਤੇ 11 ਦੀ ਟੱਕਰ ਹੈ ਲਓ ਸਾਹਮਣੇ ਵੇਖਾਂਗੇ ਇਧਰਲੇ ਪਾਸੇ ਔਰ ਉਹਨਾਂ ਦੀ ਪ੍ਰਬੰਧਕ ਕਮੇਟੀ ਕਿਹੜੇ ਆਈ ਹੈ ਲੈ ਵੀ ਦਰਸ਼ਾਨ 14 ਸਤੰਬਰ ਹੋ ਰਹੀਆਂ ਜਿਹੜੀ ਬਹੁਤ ਵੱਡਾ ਮੇਲਾ ਕਿਹੜੇ ਹੋਵੇਗਾ ਔਰ ਗੱਲਾਂ ਹੋ ਰਹੀਆਂ ਜਿਹੜੀਆਂ ਵਾਲੀਬਾਲ ਦੀਆਂ ਪਰ ਅੱਜ ਇੱਥੇ ਰੌਣਕ ਹੈ ਔਰ ਇੱਕ ਫਾਈਨਲ ਕਿਹੜੇ ਬਾਕੀ ਹੈ ਇਧਰਲੇ ਪਾਸੇ ਵੇਖਾਂਗੇ ਆਪਾਂ ਨੈਟਮੈਨ ਦੱਸਿਆ ਦਰਸ਼ਾਦ ਨੇ ਵੀ ਦੋਵਾਂ ਟੀਮਾਂ ਕੋਲ ਸਰੇਰੇ ਹੈ ਪਰ ਗਲਤੀਆਂ ਤੇ ਗਲਤੀਆਂ ਉਧਰਲੇ ਪਾਸੇ ਮੁੰਡੇ ਕਰੀ ਤੁਰੇ ਆਉਂਦੇ ਹੈ ਮੈਨੂੰ ਲੱਗਦਾ ਪੁਆਇੰਟ ਜਿਹੜਾ ਇਧਰਲੇ ਪਾਸੇ ਇੱਕ ਹੋਰ ਲਾਵੀ ਅਮਰ ਜੁੜ ਗਿਆ ਤੇ ਦਸ ਗਿਆਰਾਂ ਇੱਧਰ ਚੰਨਣ ਖੇੜਾ ਉੱਧਰ ਲਓ ਸਾਹਮਣੇ ਦਸ ਤੇ 11 ਦੀ ਟੱਕਰ ਹੈ ਹੁਣ ਦਸ ਤੇ ਕਹਿੰਦੇ 11 ਦੀ ਟੱਕਰ ਹੈ ਲੈ ਵੀ ਦਿਲਸ਼ਾਨ ਦਸ ਤੇ 11 ਦਾ ਚੇਂਜ 11 ਦਾ ਚੇਂਜ ਹੈ ਜੀ 11 ਤੇ 10 ਇੱਕ ਪੁਆਇੰਟ ਦਾ ਫਰਕ ਜਿਹੜਾ ਬਾਕੀ ਰਹਿ ਚੁੱਕਿਆ ਹੈ ਮੈਚ ਜਿਹੜਾ ਬਿਲਕੁਲ ਬਰਾਬਰੀ ਤੇ ਹੈ ਮੈਚ ਬਿਲਕੁਲ ਬਰਾਬਰੀ ਤੇ 11 ਤੇ 10 12ਵਾਂ ਨੰਬਰ ਕੌਣ ਜੋੜਦਾ ਹੈ ਕਿਤੇ ਸਮੇਂ ਦੀਆਂ ਬਾਤਾਂ ਹੋਣਗੀਆਂ ਵੀ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ ਹੈ ਆਖਿਰ ਵੱਡਿਆਂ ਵੱਡਿਆਂ ਦੀ ਕੱਢ ਲਾ ਦਿੰਦਾ ਹੈ ਹਿੰਮਤ ਕਰਕੇ ਦੇਖ ਲਾ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਤੇ ਬਾਕੀ ਦੁੱਖ ਤੇ ਸਾਥ ਹੱਸ ਕੇ ਜਰ ਜਾਈਏ ਉਹ ਤੇ ਪੀਰੂ ਟੁੱਟੇ ਨਾ ਦੁੱਖ ਰਵਾ ਜਾਂਦਾ ਕੋਈ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ ਹੈ ਆਖਿਰ ਵੱਡਿਆਂ ਵੱਡਿਆਂ ਦੀ ਕੱਢ ਲਾ ਦਿੰਦਾ ਮੈਚ ਤੇ ਤਗੜਾ ਹੈ ਨੰਬਰ ਜੇ 12ਵਾਂ ਜੁੜ ਗਿਆ ਤੇ ਫੇਰ ਹੌਸਲਾ ਬਣ ਜਾਣਾ ਮੁੰਡਿਆਂ ਦਾ ਇਹ ਧੰਨ ਧੰਨ ਹੋ ਗਿਆ ਹਰ ਦੋ ਪਾਸੇ ਵਧਾਈਆਂ ਵਾਲਾ ਇਹ ਬੱਲੇ 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 ਪਰ ਗੱਲ ਹਲੇ ਵਧਾਈਆਂ ਵਾਲਿਆ
ਪਰੀ ਨਹੀਂ ਉਹ ਗੱਲ ਤੇ ਪਰੋਣੀ ਪਊਗੀ, ਮਰਦੀ ਨੀ ਦੁਨੀਆ ਮਨਾਉਣੀ ਪਊਗੀ। ਵਧਾਈਆਂ ਵਾਲਾ ਭਾਊ ਨੰਬਰ 12 ਖੇਡ ਗਿਆ ਹੈਵੀ ਜੈਕੀ, ਸਰਵਿਸ ਕਰਨ ਲਈ ਮੁੰਡਾ ਤਿਆਰ ਬਤਿਆਰ ਹੈ। 12 ਤੇ 10 ਡਾਲੀ ਬਾਈ ਜੀ, ਜਿਹੜੀ ਟੀਮ ਜੇਤੂ ਰਹੇਗੀ ਉਹ ਗਰਾਊਂਡ ਦੇ ਵਿੱਚ ਹੀ ਰਹੇਗੀ, ਨਾਲ ਦੀ ਨਾਲ ਹੀ ਆਪਾਂ ਮੈਚ ਜਿਹੜਾ ਫਾਈਨਲ ਕਰਵਾ ਦੇਣਾ ਹੈ, ਇਹ ਬੇਨਤੀ ਹੈ ਜੀ। ਸੋ ਦੂਜੀ ਟੀਮ ਸ੍ਰੀ ਮੱਖਣ ਸ਼ਰਮਾ ਕਲੱਬ ਕਾਲੀ ਵਾਲਾ, ਉਹ ਮੁੰਡੇ ਫਿਰ ਆਪਣੇ ਆਪ ਨੂੰ ਰੈਡੀ ਕਰ ਲੈਣ, ਵਾਰਮ ਅਪ ਰੱਖਣਗੇ, ਨਾਲ ਦੀ ਨਾਲ ਹੀ ਆਪਾਂ ਫਾਈਨਲ ਮੈਚ ਜਿਹੜਾ ਕਰਵਾ ਦੇਵਾਂਗੇ। ਬਾਈ ਜੀ ਬੇਨਤੀ ਹੈ, ਜਿਹੜੇ ਵੀਰ ਕੋਈ ਲੰਗਰ ਪ੍ਰਸ਼ਾਦਾ ਪਾਣੀ ਛਕਣ ਦੇ ਵੱਲ ਹੀ ਰਹਿੰਦੇ ਨੇ, ਉਹ ਮੇਰੇ ਵੀਰ ਕਿਰਪਾ ਕਰਕੇ ਪ੍ਰਸ਼ਾਦਾ ਪਾਣੀ ਜ਼ਰੂਰ ਛਕ ਲਓ ਜੀ। 10-15 ਮਿੰਟ ਬਾਅਦ ਵਾ ਉਹਦਾ ਘਾਟ, ਕੋਈ ਗੱਲ ਨਹੀਂ, ਪਰ ਵੀਰਾਂ ਨੇ ਸਮਾਨ ਸਾਂਭ ਦੇਣਾ ਕਿਉਂਕਿ ਮੈਚ ਆਪਣੇ ਕੋਲ ਇੱਕ ਬਾਕੀ ਰਹਿ ਗਿਆ। ਸੋ ਬੇਨਤੀ ਹੈ, ਜੇਕਰ ਕੋਈ ਸੰਗਤ ਦੇ ਵਿੱਚੋਂ ਜਾਂ ਕਿਸੇ ਖਿਡਾਰੀ ਵੀਰ ਨੇ ਪ੍ਰਸ਼ਾਦਾ ਪਾਣੀ ਛਕਣਾ ਹੋਵੇ ਮੇਰਾ ਵੀਰ, ਤੇ ਉਹ ਜ਼ਰੂਰ ਪ੍ਰਸ਼ਾਦਾ ਪਾਣੀ ਛਕ ਲਓ ਜੀ। 10-15 ਮਿੰਟਾਂ ਦੇ ਬਾਅਦ ਵੀਰਾਂ ਨੇ ਜਿਹੜਾ ਉਹ ਸਮਾਨ ਸਾਂਭ ਦੇਣਾ ਜੀ। ਬਹੁਤ ਵੱਡਾ ਧੰਨਵਾਦ ਅਗਲੇ ਪਾਸੇ, ਔਰ ਬਾਬਾ ਜਗਨਨਾਥ ਸਪੋਰਟਸ ਕਲੱਬ ਟਾਲੀਵਾਲ ਔਰ ਜਤਿੰਦਰ ਸਰਾ ਵਿਕਰਮ ਸੰਧੂ ਜੀ, ਅਜੇ ਪ੍ਰਦੀਪ ਸੈਮੀ ਹੈ, ਯਾਦਾ ਪਵਾਰ, ਹਰਮਨ ਪਵਾਰ, ਨਵਦੀਪ ਔਲਖ, ਜਸ਼ਨ ਔਲਖ, ਮਾਲਕ ਪਵਾਰ, ਕੁਲਵੀਰ ਸਰਾ, ਗੁਰਜਿੰਦਰ ਸਿੰਘ ਬਿੱਲਾ, ਰਤਨ ਸਿੱਧੂ ਕੈਨੇਡਾ, ਜੈਲ ਸਿੱਧੂ ਕੈਨੇਡਾ, ਹਰਵਿੰਦਰ ਪਵਾਰ ਕੈਨੇਡਾ, ਪਵਾਰ ਕੈਨੇਡਾ, ਗੁਰਲਾਲ ਸੰਧੂ, ਕਰਨ ਪਵਾਰ ਕੈਨੇਡਾ, ਸੰਧੂ ਕੈਨੇਡਾ, ਇਹ ਸਾਰੇ ਕਲੱਬ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਔਰ ਜਿਨ੍ਹਾਂ ਨੇ ਕਿਹੜੇ ਇੰਨਾ ਸੋਹਣਾ ਪ੍ਰਬੰਧ ਕਿਹੜੇ ਕੀਤਾ, ਇੰਨਾ ਵੱਡਾ ਮੇਲਾ ਕਰਵਾਇਆ ਆਪਣੇ ਪਿੰਡ, ਇੱਕ ਤਾੜੀ ਇੰਨਾ ਭਰਾਵਾਂ ਤੇ ਯੋਧਰ ਮਾਰ ਦੋ ਵੀਰ ਬਣ ਕੇ, ਲੰਗਰ ਦਾ ਚਾਹ ਪਿੰਡ ਦਾ ਬਹੁਤ ਸੋਹਣਾ ਪ੍ਰਬੰਧ ਲੈ ਵੀ ਦਰਸ਼ਾਰ ਇਹਨਾਂ ਵੀਰਾਂ ਨੇ ਕੀਤਾ, ਬਹੁਤ ਵੱਡਾ ਕਲੱਬ ਹੈ ਤੇ ਸਾਰੇ ਭਰਾਵਾਂ ਦੀ ਕਹਿੰਦੇ ਬਹੁਤ ਵੱਡੀ ਮਿਹਨਤ ਹੈ ਤੇ ਵੱਡੀ ਸੋਚ ਨੂੰ ਕਹਿੰਦੇ ਸਲਾਮ ਹੈ। ਹਰ ਸਾਲ ਵੱਡਾ ਹੀ ਮੇਲਾ ਕਿਹੜੇ ਕਰਾਉਂਦੇ ਹੈ ਤੇ ਇਸ ਸਾਲ ਤੇ ਰਿਕਾਰਡ ਬਣੇ ਵੀ ਹੈ ਤੇ ਗੱਲਾਂ ਕਿਹੜੇ ਲੱਗੀਆਂ ਟਿਕਾਣੇ। ਇਧਰਲੇ ਪਾਸੇ ਦੂਸਰਾ ਸੈਮੀ ਤੇ ਸਕੋਰ ਦੱਸ ਦੇ ਕਿੰਨੇ ਕਿੰਨੇ ਹੋ ਗਏ ਹੁਣ, ਲੈ ਵੀ ਕਿੰਨੇ, 12 ਦਾ ਸੀ ਹੈ, 13 ਤੇ 10 ਉਧਰ ਮੰਟ ਲੋ ਕੈਨੇਡਾ, ਸਾਡਾ ਵੀਰ ਕਹਿ ਰਿਹਾ ਵੀ ਦਸੰਬਰ ਦੇ ਵਿੱਚ ਵਧਾਈਆਂ ਵਾਲੇ ਭਾਊ ਦਾ ਆਪਾਂ ਸਿੰਗਾਪੁਰ ਦਾ ਟੂਰ ਲਗਾ ਦਿਆਂਗੇ, ਔਰ ਨਾਲ ਹੀ ਦੋਰੂ ਕੈਨੇਡਾ ਸਾਡਾ ਵੀਰ ਕਹਿ ਰਿਹਾ ਵੀ ਇਹ ਚੰਨਣਖੇੜ ਦੀ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚ ਉਹ ਜੇਤੂ ਰਹਿੰਦੀ ਹੈ ਤੇ ਸਾਰੀ ਟੀਮ ਦਾ ਸਨਮਾਨ ਉਹ ਜਿਹੜਾ 5100 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ। ਉਧਰ 14 ਨੇ ਤੇ ਇਧਰਲੇ ਪਾਸੇ 10 ਆ, 4 ਦਾ ਕਦੇ ਫਰਕ ਹੈ ਤੇ ਉਧਰ ਕਦੇ ਧੰਨਾ ਆ ਗਿਆ ਤੇ ਧੰਨਾ ਆ ਜੇ ਲਾਈਵ ਤੇ ਤੇ ਧੰਨ ਧੰਨ ਨਾ ਹੋਵੇ ਤੇ ਗੱਲ ਬਣਦੀ ਨੀ। ਧੰਨਾ ਸਾਹ ਆਸਟ੍ਰੇਲੀਆ ਵਾਲਾ ਵੀ ਆ ਗਿਆ ਸਾਡਾ ਵੀਰ, ਔਰ ਕਹਿੰਦੇ ਵੱਡੀਆਂ ਸਪੋਰਟਾਂ ਹੁੰਦੀਆਂ ਨੇ। ਨੰਬਰ 15 ਹੋਵੇ ਭਾਜੀ, ਬਾਈ ਜੀ ਗੁਰੀ ਕਾਲੀਵਾਲ ਦੀ ਟੀਮ ਜਲਦੀ ਦੇ ਨਾਲ ਪਹੁੰਚੇ।
ਨੇੜੇ ਜਿਹੜੀ ਟੀਮ ਜਿੱਤੀ ਰਹੇਗੀ ਕਿਉਂਕਿ ਉਹ ਗਰਾਊਂਡ ਦੇ ਵਿੱਚ ਹੀ ਰਹੇਗੀ ਕਮੇਟੀ ਦਾ ਫੈਸਲਾ ਹੈ ਨਾਲ ਦੀ ਨਾਲ ਹੀ ਆਪਾਂ ਫਾਈਨਲ ਆ ਬੱਲੇ ਤੰਨੇ ਸਿਰਾ ਸਿਰਾ ਜੱਟਾ ਰਿੰਕੂ ਆ ਖੱਟ ਖੱਟ ਕਮਰੂ ਯਾਰਾ ਮੇਰੇ ਮਿੱਤਰੋ ਹੈ ਆ ਤੰਨਾ ਸਿਰਾ ਇਹ ਬੱਲੇ ਬੱਲੇ ਹੁਣ ਚਾਲ ਚਲਾਉਂਦਾ ਗੱਲ ਜਲਦੀ ਤੇ ਆ ਮੁੰਡਿਆਂ ਨੇ ਉੜੀਸਾ ਦੇ ਰਿਆ ਕਮਾਲ ਕਰਤੀ ਹੈ ਕਿ ਕਰਤਾ ਕਹਿਰ ਚੋਪੜਾ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਹੈ ਤੇ ਗੱਲ ਰਾਜੇ ਖੇਲੇ ਦੀ ਵੀ ਸਿੱਧੀ ਧੂ ਕਾਲਜੇ ਪਾਉਂਦੀ ਸਿੱਧੀ ਧੂ ਕਾਲਜੇ ਪਾਉਣੀ ਬੱਲੇ ਬੱਲੇ ਦੱਲੇ ਪਾਸੇ ਔਰ ਕਿਹੜੇ ਹੋ ਗਈ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਉਹ ਮੇਰੇ ਮਿੱਤਰੋ ਗੱਲਾਂ ਹੋ ਗਈਆਂ ਜਿਹੜੀਆਂ ਲੈ ਵੀ ਵਿੱਕੀ ਹੁਣ ਪੁਆਇੰਟ ਅੱਖ ਜੋੜਨੇ ਪੈਣਗੇ ਨੌਜਵਾਨਾਂ ਥੋੜਾ ਜਿਹਾ ਨੈਟਵਰਕ ਡਾਊਨ ਹੋਇਆ ਬਾਈ ਹੁਣ ਫੇਰ ਥੋੜਾ ਜਿਹਾ ਨੈਟਵਰਕ ਡਾਊਨ ਹੋਇਆ ਲੈ ਵੀ ਦਿਲਸ਼ਾਰ ਉਹ ਖਰਤੂਗਾ ਖਰਤੂਗਾ ਉਹ ਬਾਗੀ ਤਾਰੀ ਤੂਰੀ ਮੈਦਾਨ ਵਿੱਚ ਚਾਹ ਬੱਲੇ ਬੱਲੇ ਹੋ ਗਈ ਤੇ ਨੰਬਰ ਉਧਰਲੇ ਪਾਸੇ 3500 ਰੁਪਇਆ ਬਿਆਨ ਸਿੰਘ ਜੀ ਸਰਪੰਚ ਸਰ ਉਹਨਾਂ ਦੇ ਵੱਲੋਂ ਵਿਸ਼ੇ ਤੌਰ ਤੇ ਦਿੱਤਾ ਜਾਣਾ ਇਧਰਲੇ ਪਾਸੇ 10 to 11 ਔਰ ਹੁੰਦੇ ਆ ਨੀ ਇਸ ਸਮੇਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਪਰ ਸਰਵਿਸ ਫੇਰ ਉਧਰਲੇ ਪਾਸੇ ਕਰਨੀ ਹੈ ਕਿਹੜੇ ਭਰਾ ਸਾਡੇ ਨੇ ਤੇ ਵੇਖਾਂਗੇ ਇਧਰਲੇ ਪਾਸੇ ਵਿੱਕੀ ਨੂੰ ਤਜਰਬਾ ਕਿਹੜੇ ਬਹੁਤ ਹੈ ਔਰ ਬਹੁਤ ਤਗੜਾ ਖੇਡਿਆ ਔਰ ਕੋਈ ਸ਼ੱਕ ਨੀ ਮੇਰੇ ਮਿੱਤਰੋ ਇਹ ਵੀ ਗੱਲ ਪਰ ਆ ਮੈਚ ਹੱਥੋਂ ਨਿਕਲਣਾ ਜਾਂਦਾ ਹੈ ਕੱਲੀ ਬਾਲ ਦੇਖਣ ਵਾਲੀ ਹੈ ਤਜਰਬੇ ਵਾਲੇ ਖਿਡਾਰੀ ਹੈ ਪਰ ਜਿੱਤਦਾ ਕੌਣ ਹੈ ਸਿੱਖ ਦਾ ਕੌਣ ਹੈ ਇਹਦੇ ਕਹਿੰਦੇ ਟੈਮ ਦੀਆਂ ਬਾਤਾਂ ਹੋਣਗੀਆਂ ਮੇਰੇ ਮਿੱਤਰੋ ਵੱਡਾ ਮੈਚ ਅੱਜ ਦੇ ਦਿਨ ਦਾ ਖੇਡਿਆ ਜਾ ਰਿਹਾ ਟੀਮਾਂ ਦੀ ਕਦੇ ਲਾਗਦਾ ਕੋਈ ਹੀਲਾ ਹੋਰ ਕਰਨਾ ਪੈਣਾ ਕਰਨਾ ਪੈਣਾ ਇਧਰਲੇ ਪਾਸੇ ਉਹ ਬੱਲੇ ਬੱਲੇ ਕਿਹੜੇ ਕਰਾਉਣੀ ਪੈਣੀ ਹੈ ਪੈਸੀਆਂ ਪੀਪੀ ਜਿਹੜੇ ਉਹ ਖੜਦੇ ਮੋੜਾਂ ਤੇ ਪਸ ਪਲਸਤਰ ਲੱਗਿਆ ਕਹਿੰਦੇ ਸਾਹਮਣੇ ਜੋੜਾਂ ਤੇ ਕਰਕੇ ਬੰਦ ਰਕਾਨਾ ਕਾਲਜ ਵਾਲੀ ਸਰਕਰੀਆਂ ਅੱਜ ਲੁਕਣ ਕਿਤੇ ਨੀ ਦੇਣਾ ਉਹ ਦੇਖੀ ਡਾਂਗਾ ਸਰਕਰੀਆਂ ਡਾਂਗਾ ਹਰਪ੍ਰੀਤ ਕਿੰਗਰਾ ਉਹ ਸਾਰਾ ਪਿਆਰ ਵੀਰ ਨੇ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਮੈਂ ਤੇ ਕਰਾਂਗਾ ਇੱਧਰ 16 ਹੋ ਗਏਗੀ 17 ਕਿੰਨੀ 10 17 ਪੁਆਇੰਟ ਆ ਜੀ ਉਧਰ ਘਟਾਲੀ ਦੇ ਸਿੱਧੂ ਹੋਰਾਂ ਦੇ 17 ਇੱਧਰ 10 ਪੁਆਇੰਟ ਆ 7 ਪੁਆਇੰਟਾਂ ਦੀ ਵੱਡੀ ਲੀਡ ਮੁੰਡਿਆਂ ਨੇ ਬਣਾ ਲਈ ਹੈ ਘਟਾਲੀ ਦੇ ਚੰਨਣ ਖੇੜੇ ਦੇ 10 ਹੈ ਕਿ ਇੱਥੇ ਕੋਈ ਨਾ ਕਿਸੇ ਲਈ ਮਰਦਾ ਦੀ ਹੈ ਹਰ ਕੋਈ ਆਪਣੇ ਲਈ ਕਰਦਾ ਦੀ ਹੈ ਤੇ ਉਹੀ ਧੌਂਦਾ ਲਾਕਾ ਦਿਲਦੀ ਨੂੰ ਭਈ ਜਿਹੜਾ ਭੇਤੀ ਹੁੰਦਾ ਕਰਦਾ ਜੀ ਇਹ ਮੁੰਡੇ ਕਹਿੰਦੇ ਇੱਕ ਦੂਜੇ ਦੇ ਰੱਜ ਕੇ ਭੇਤੀ ਆ
ਖੂਬੀਆਂ ਖਾਮੀਆਂ ਚੰਗੀ ਤਰ੍ਹਾਂ ਜਾਣਦੇ ਇੱਕ ਦੂਜੇ ਦੀਆਂ। ਐਨ ਮੁੰਡੇ ਕਹਿੰਦੇ ਕਮਾਲ ਕਰੀ ਤੁਰੇ ਆਉਂਦੇ ਸਾਹਮਣੇ ਪਾਸੇ ਕਮਾਲ ਕਹਿੰਦੇ ਹੋਈ ਪਈ ਹੈ ਗਰਾਊਂਡ ਦੇ ਵਿੱਚ, ਨਾਲ ਹੀ ਜਤਿੰਦਰ ਸਰਾ ਔਰ ਵਿਕਰਮ ਸੰਧੂ, ਅਜੇ ਪਵਾਰ, ਯਾਦਾ ਪਵਾਰ, ਹਰਮਨ ਪਵਾਰ, ਨਵਦੀਪ ਔਲਕ, ਜਸ਼ਨ ਔਲਕ, ਮਾਲਕ ਪਵਾਰ, ਕੁਲਵੀਰ ਸਰਾ, ਗੁਰਜਿੰਦਰ ਸਿੰਘ ਬਿੱਲਾ, ਰਤਨ ਸਿੱਧੂ ਕਰੇ ਕੈਨੇਡਾ, ਜੈਲ ਸਿੱਧੂ ਕੈਨੇਡਾ, ਹਰਵਿੰਦਰ ਪਵਾਰ ਕਰੇ ਕੈਨੇਡਾ, ਵੇਕਾ ਪਵਾਰ ਕਰੇ ਕੈਨੇਡਾ, ਗੁਰਲਾਲ ਸੰਧੂ, ਕਰਨ ਪਵਾਰ ਕਰੇ ਕੈਨੇਡਾ, ਮਾਨ ਸੰਧੂ ਕਰੇ ਕੈਨੇਡਾ, ਔਰ ਬਾਬਾ ਜਗਨਨਾਥ ਸਪੋਰਟਸ ਕਲੱਬ ਵਾਲੀਬਾਲ, ਬਹੁਤ ਵੱਡਾ ਧੰਨਵਾਦ ਹੈ ਇਹਨਾਂ ਸਾਰੇ ਸਤਿਕਾਰਯੋਗ ਕਹਿੰਦੇ ਵੀਰਾਂ ਦਾ, ਬਹੁਤ ਵੱਡਾ ਕਿਹੜੇ ਉਪਰਾਲਾ ਹੈ ਔਰ ਪ੍ਰਬੰਧ ਕਿਹੜੇ ਚੋਟੀ ਦੇ ਕੀਤੇ ਹੈ, ਕੱਲਾ ਕੱਲਾ ਪ੍ਰਬੰਧ ਕਿਹੜੇ ਦੇਖੇ ਦੀਆਂ ਪ੍ਰਦਰਸ਼ਨ ਕਰਨਾ ਪੈਣਾ ਅਰਮਾਨ ਜੇ ਮੈਚ ਜਿੱਤਣਾ ਤੇ ਉਧਰ ਨੰਬਰ 18 ਹੋ ਗਏ 18 ਤੇ 10 19ਵਾਂ ਜੋੜੂਗਾ ਕੌਣ ਆਪਣੀ ਟੀਮ ਦੇ ਲਈ ਇਹ ਵੀ ਮੇਰੇ ਮਿੱਤਰੋ ਕੁਝ ਸਮੇਂ ਨੂੰ ਪਤਾ ਜਿਹੜਾ ਲੱਗ ਜਾਣਾ ਵੀ ਆ ਕੇ ਵਿੱਚ ਮੈਦਾਨਾਂ ਦੇ ਖਿਡਾਰੀ ਦੀ ਮੱਥਾ ਟੇਕ, ਸ਼ਾਟਾਂ ਦੇ ਸ਼ਾਟਾਂ ਹੀ ਪੈਂਦੀਆਂ, ਸਾਰੀ ਦੁਨੀਆਂ ਰਹੀ ਆ ਦੇਖ, ਪਰ ਮੈਚ ਉਹਨੇ ਆਖਰ ਜਿੱਤਣਾ, ਪੈਂਤੀ ਦੇ ਜਿੱਤ ਲਿਖੀ ਵਿੱਚ ਲੇਖ, 18 ਤੇ 10 ਦੀ ਟੱਕਰ, 18 ਤੇ 10 ਫਿਰ ਬਹੁਤ ਵੱਡੀ ਗਲਤੀ ਹੈ ਭਾਈ ਜੀ, ਕਾਲੀਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਬਿਲਕੁਲ ਨੇੜੇ ਆ ਜਾਣਗੇ ਜੀ ਗੁਰੀ ਭਾਈ, ਆਓ ਭੱਜ ਕੇ ਧੰਨਵਾਦ ਸਮੁੱਚੇ ਬਾਬਾ ਜਗਨਨਾਥ ਕਲੱਬ ਦੀ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਮੈਂ ਕਰਦਾ ਹਾਂ, ਔਰ ਫਾਈਨਲ ਦੇ ਵਿੱਚੋਂ ਟੈਸਟ ਖਿਡਾਰੀਆਂ ਦੇ ਲਈ 3 LED ਦਿੱਤੀਆਂ ਜਾਣਗੀਆਂ, ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ, ਔਰ ਨਾਲ ਹੀ ਰੌਣਕਾਂ ਜਿਹੜੀਆਂ ਲੱਗਣਗੀਆਂ 24 ਤਰੀਕ ਜਿਹੜੀ ਪਿਰਥਲੇ ਦੇ ਵੱਡੇ ਕੱਪ ਦੀ ਹੈ 24 ਨੂੰ ਰਾਜਾਂ ਲਈ, ਔਰ ਕਦੇ ਗੱਲਾਂ ਲੱਗ ਜਾਣਗੀਆਂ ਟਿਕਾਣੇ, ਕੱਚੀ ਦਾ ਟੂਰਨਾਮੈਂਟ ਭਰਾ ਸਾਡੇ ਕਰਵਾਉਣ ਜਾ ਰਿਹਾ ਹੈ, ਔਰ ਉਸ ਤੋਂ ਬਾਅਦ ਗੱਲਾਂ ਲੱਗਣਗੀਆਂ ਮੇਰੇ ਮਿੱਤਰੋ ਟਿਕਾਣੇ, 21 ਤਰੀਕ ਦੋਨਾਂ ਦੇ ਵੱਡੇ ਕੱਪ ਦੀ ਹੈ, 2 ਸਤੰਬਰ ਨੂੰ ਰੌਣਕਾਂ ਕੌਂਕਿਆਂ ਦੀ ਧਰਤੀ ਦੇ ਜਿਹੜੀਆਂ ਵੱਡੀਆਂ ਲੱਗਣਗੀਆਂ ਨਰੋਲ ਦਾ, ਔਰ ਨਾਲ ਹੀ 7 ਸਤੰਬਰ ਜਿਹੜੀ ਹੋ ਜਾਏਗੀ ਧੱਬੀਆਂ ਦੇ ਵੱਡੇ ਕੱਪ ਦੀ, ਤੇ 13 ਤਰੀਕ ਜਿਹੜੀ ਹੋ ਰਹੀ ਹੈ ਘਨੋਲੀ ਦੇ ਵੱਡੇ ਕੱਪ ਦੀ, ਤੇ 14 ਨੂੰ ਰੌਣਕਾਂ ਜਿਹੜੀਆਂ ਲੱਗਣਗੀਆਂ ਮੇਰੇ ਮਿੱਤਰੋ, ਔਰ ਸਾਡੇ ਭਰਾ ਔਢਾਂ ਵਾਲੇ ਆਏ ਹੋਏ ਇਧਰਲੇ ਪਾਸੇ ਕੱਕੀ ਦਾ ਵੀ, ਤੇ ਨਾਲ ਨਿਊ ਪੀੜ ਦਾ ਵੀ ਵੀਰ ਕਹਿੰਦੇ ਕੱਪ ਕਰਵਾਉਣਾ, ਸੱਦੀਆਂ ਹੋਈਆਂ ਟੀਮਾਂ ਦੇ ਜਿਹੜੇ ਮੈਚ ਕਰਵਾਏ ਜਾਣਗੇ, ਔਰ 20 ਜਿਹੜੀਆਂ ਰੋਪੜ ਦੇ ਵਿੱਚ ਲੱਗਣਗੀਆਂ, ਤੇ 21 ਤਰੀਕ ਜਿਹੜੀ ਮੇਰੇ ਮਿੱਤਰੋ ਉਪਲੀ ਦੇ ਵੱਡੇ ਕੱਪ ਦੀ ਹੈ, 28 ਸਤੰਬਰ ਆਦਮਪੁਰਾ ਜਿਹੜੀ ਕਿਵੇਂ ਕਰਦੀ ਹੈ, ਪਹਿਲੀ ਵਾਰੀ ਟੱਕਰਿਆ ਕੋਈ ਬਰੋਪਰ ਦਾ, ਔਰ ਜੋਰ ਪਰਖਿਆ ਜਾਣਾ ਅੱਜ ਤੇਰੇ ਚੋਪਰ ਦਾ, ਉਧਰ
ਗੈਲਰੀ ਕਿੱਥੇ ਦੀ ਜਾਣਾ ਟੋਟਲ ਕਿੰਨੀਆਂ ਬਣਨੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਅੱਠ ਨੌ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਬਰਾੜ ਅਮ੍ਰਿਤਸਰ ਜੀ ਮੋਟਰਸਾਈਕਲ ਦੇ ਨਾਲ ਜੇਕਰ ਚੱਲਦੇ ਹੋਏ ਮੈਦਾਨ ਵਿੱਚ ਮੁੰਡੇ ਜੇਤੂ ਹੁੰਦੇ ਨੇ ਸੁਭਾਦਰਾ ਧੰਨਵਾਦ ਮੈਂ ਕਰਾਂਗਾ ਇਧਰਲੇ ਪਾਸੇ ਉਹ ਸਰਬ ਜਿਹੜੀ ਕਰ ਦਿੱਤੀ ਹੈ ਚੋਦਰਾਂ ਨੇ ਨੰਬਰ ਉਧਰਲੇ ਪਾਸੇ ਲਾਸਟ ਹੈ ਇਧਰਲੇ ਪਾਸੇ ਦਸ ਨੰਬਰ ਹੈ ਕਲੋਜ਼ ਫਾਈਟਰ ਫੇਰ ਉਹ ਕਹਿੰਦੇ ਕੋਸ਼ਿਸ਼ ਤੇ ਕਰ ਰਿਹਾ ਵੱਡਾ ਮੈਚ ਹੈ ਅਟੈਕ ਦੀ ਚੋਟੀ ਦਾ ਤੇ ਕਿਆ ਹੈ ਇੱਥੇ ਰਾਖਾ ਮੈਨੂੰ ਲੱਗਦਾ ਆਪਾਂ ਵੱਧ ਭੇਜਦੇ ਨਹੀਂ ਨਹੀਂ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਗੁਰਪਿਆਰ ਬਰਾੜ ਲਾਭ ਘਗਿਆਣੇ ਵੱਲੋਂ ਹੈ ਲਾਭ ਘਗਿਆਣੇ ਵੱਲੋਂ ਮੋਟਰਸਾਈਕਲ ਵੀ ਜਾ ਜਾਂਦਾ ਕਨੇਡਾ ਕਨੇਡਾ ਉਹਨਾਂ ਵੱਲੋਂ ਮੋਟਰਸਾਈਕਲ ਦਿੱਤਾ ਜਾਵੇਗਾ ਜੇ ਚੰਨਣਖੇੜੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਬੇਅੰਤ ਸੰਧੂ ਜੀ ਸਾਡੇ ਬਹੁਤ ਸਤਿਕਾਰ ਦੇ ਸਰਪੰਚ ਸਾਹਿਬ ਸਮੁੱਚੀ ਗ੍ਰਾਮ ਪੰਚਾਇਤ ਔਰ ਸਾਰੇ ਹੀ ਸੱਜਣ ਮਿੱਤਰ ਬਾਈ ਸਾਡੇ ਹਰਮੀਤ ਪਵਾਰ ਗੁਰਵਿੰਦਰ ਪਵਾਰ ਨਾਲ ਕਰਮਾ ਰੰਧਾਵਾ ਜੱਗਾ ਪਵਾਰ ਹਰਜੀਤ ਪੰਨੂ ਜੀ ਔਰ ਨਾਲ ਬਾਈ ਲਾਈਵ ਕੱਟ ਕੇ ਚਲਾਵਾਂਗੇ ਮੈਚ ਤੋਂ ਬਾਅਦ ਮੇਰੇ ਵੀਰ ਔਰ ਅਮਰੀਕ ਪਵਾਰ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਔਰ ਸਾਡਾ ਵੀਰ ਖੁਸ਼ ਕਲੇਅਰ ਨਾਲ ਸੁੱਖ ਸੰਧੂ ਹੈਲਸਟਨ ਇਮੀਗ੍ਰੇਸ਼ਨ ਸਿਰਸਾ ਪਹਿਲਾ ਪ੍ਰਾਈਜ 52,000 3100 ਰੁਪਈਆ ਸਰਪੰਚ ਐਮ ਸਿੰਘ ਜੀ ਸੰਧੂ ਉਹਨਾਂ ਵੱਲੋਂ ਵੀ ਫਸਟ ਆਉਣ ਵਾਲੀ ਟੀਮ ਦੇ ਲਈ ਹੋਵੇਗਾ ਜੈਨਤ ਕੌਂਸਲਰ ਇਮੀਗ੍ਰੇਸ਼ਨ ਸਾਡਾ ਭਰਾ ਸੁਲਤਾਨ ਪਿੰਡਰ ਨਾਲ ਬਾਈ ਸਾਡਾ ਚਰਨ ਮਿਰਗ ਪ੍ਰਗਟ ਸੰਧੂ ਸਾਹਿਬ ਇਕੱਲੇ ਇਕੱਲੇ ਵੀਰ ਦਾ ਦਿਲੋਂ ਸਵਾਗਤ ਕਰਾਂਗੇ ਆਪਾਂ ਵੱਡੇ ਯੋਗਦਾਨ ਨੇ ਦਲਜੀਤ ਸਿੰਘ ਜੀ ਗਿੱਲ ਕਬੱਡੀ ਕਲੱਬ ਸੰਤ ਨਗਰ ਸਾਡਾ ਵੀਰ ਪੁਰਸ਼ੋਤਮ ਰੰਧਾਵਾ ਸੁਲਤਾਨ ਪਿੰਡਰ ਪ੍ਰਧਾਨ ਰਣਧੀਰ ਸਿੰਘ ਜੀ ਸੰਧੂ ਇਕੱਲੇ ਇਕੱਲੇ ਵੀਰ ਦਾ ਵੱਡਾ ਧੰਨਵਾਦ ਇਧਰਲੇ ਪਾਸੇ ਨੰਬਰ ਲਾਸਟ ਹੈ ਮਣੀ ਤਿੰਨ ਹੈ ਇੱਧਰ ਤੇਰੇ ਕੋਲੇ ਓਕੇ ਸਰ ਓ ਬੱਲੇ ਵਾਹ ਜੀ ਵਾਹ ਜਿੱਤ ਗਿਆ ਜੀ ਘੱਟਾਂ ਵਾਲੀ ਫਾਈਨਲ ਚ ਮੁੰਡੇ ਤਸਵੀਰਾਂ ਬੋਲਦੀਆਂ।